ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ जलंधर च एक दिन पहला नहरू गार्डन रोड से चलिया गोलियां दे मामले दे विच सीसीटीवी फुटेज सामने आई है। तुसीं देख सकते हो किस तरीके दे नाल एक्टिवा ते बाइक दे उत्ते कुछ हमलावर आए ते इस तो बाद दुकान दे अंदर वड़ गए। हालांकि दुकान दे अंदर हनेरा होण करके उत्थों दीआं तस्वीरां कैमरे च कैद नहीं हो सकियां, पर फिलहाल पुलिस नूं इही सीसीटीवी फुटेज मौके तो मिली है जिस विच बाइक ते एक्टिवा ते आए हमलावर दिखाई दे रहे ने। उन्हां ने अपने मूंह वी ढके होए ने। फिलहाल पुलिस इसे सीसीटीवी दे आधार दे उत्ते पड़ताल कर रही है। ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਵਿੱਚ ਨਹਿਰੂ ਗਾਰਡਨ ਰੋਡ 'ਤੇ ਦੋ ਭਰਾਵਾਂ ਦੇ ਉੱਤੇ ਗੋਲੀਆਂ ਵਰੀਆਂ ਗਈਆਂ ਸਨ ਜਿਸ ਦੇ ਵਿੱਚ ਇੱਕ ਭਰਾ ਨੇ ਦਮ ਤੋੜ ਦਿੱਤਾ ਜਦਕਿ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਗੋਪੀ ਬਾਜਵਾ ਸਮੇਤ ਕਈ ਗੈਂਗਸਟਰਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਜਲੰਧਰ ਤੋਂ ਰੋਹਿਤ ਮਤਾਂ ਦੀ ਰਿਪੋਰਟ।